ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ ਭਾਜਪਾ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾ ਦਿੱਤਾ ਹੈ ਇਸ ਦੇ ਨਾਲ ਹੀ ਚੋਣ ਪ੍ਰਚਾਰ ਦੀ ਮਸ਼ਕ ਸ਼ੁਰੂ ਹੋ ਗਈ ਹੈ ਇਸ ਦੌਰਾਨ ਕਈ ਸਵਾਲ ਨੇ ਕਿ ਮੋਦੀ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਜਾਣਾ ਹੈ ਭਾਜਪਾ ਨੇ ਪਿਛਲੇ ਦਿਨੀ ਰੈਲੀਆਂ ਕੀਤੀਆਂ ਤਾਂ ਮੁਸਲਮਾਨ ਭਾਈਚਾਰੇ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਕਰਨ ਦਾ ਉਪਰਾਲਾ ਕੀਤਾ ਗਿਆ ਜੇ ਇਸ ਤਰ੍ਹਾਂ ਕਿਸੇ ਨੂੰ ਸ਼ਾਮਲ ਕਰਨ ਦੇ ਮਾਣੇ ਨੇ ਤਾਂ ਆਉਣ ਵਾਲਾ ਦੇਖਣਾ ਵੀ ਚਾਹੀਦਾ ਹੈ ਇਸ ਲਈ ਮੁਸਲਮਾਨ ਭਾਈਚਾਰੇ ਨੂੰ ਕਲੰਦਰੀ ਟੋਪੀਆਂ ਪਾ ਕੇ ਆਉਣ ਲਈ ਕਿਹਾ ਗਿਆ ਇਸ ਨਮਾਇਸ਼ ਨਾਲ ਮੋਦੀ ਦੀ ਧਰਮ ਨਿਰਪੱਖਤਾ ਸਾਬਤ ਹੁੰਦੀ ਹੈ ਜਾਂ ਉਸ ਦਾ ਵਿਕਾਸ ਮਾਡਲ ਹਿੱਸੇਦਾਰੀ ਵਾਲਾ ਸਾਬਤ ਹੁੰਦਾ ਹੈ ਪਾਜਬਾ ਨੇ ਨਰਿੰਦਰ ਮੋਦੀ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਹੈ ਮੋਦੀ ਤੇ ਸਭ ਤੋਂ ਅਹਿਮ ਸਵਾਲ ਉਹਨਾਂ ਦਾ ਕੱਟੜਪੰਥੀ ਹਿੰਦੂ ਆਗੂ ਵਾਲਾ ਅਕਸ ਹੈ ਪਾਜਬਾ ਨੇ ਸ਼ੁਰੂ ਤੋਂ ਹੀ ਮੋਦੀ ਨੂੰ ਵਿਕਾਸ ਦੇ ਕਾਮਯਾਬ ਤਜਰਬੇ ਅਤੇ ਕਾਬਲ ਪ੍ਰਸ਼ਾਸਕ ਵੱਜੋਂ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ ਹੁਣ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਨਨ ਤੋਂ ਬਾਅਦ ਨਵੀਂ ਮਸ਼ਕ ਸ਼ੁਰੂ ਹੋ ਗਈ ਹੈ ਆਖਰ ਮੋਦੀ ਨੂੰ ਜਿੱਤ ਦਾ ਮੰਤਰ ਕਿਵੇਂ ਬਣਾਇਆ ਜਾਏ ਵੱਖ-ਵੱਖ ਤੱਬਕਿਆਂ ਤੱਕ ਕਿਵੇਂ ਪਹੁੰਚ ਕੀਤੀ ਜਾਏ ਮੋਦੀ ਭਾਜਪਾ ਦੀਆਂ ਰੈਲੀਆਂ ਦੇ ਅਹਿਮ ਬੁਲਾਰੇ ਨੇ ਹੁਣ ਭਾਜਪਾ ਦੀਆਂ ਰੈਲੀਆਂ ਨੂੰ ਹੀ ਮੋਦੀ ਦੀ ਪ੍ਰਵਾਨਗੀ ਵੱਜੋਂ ਪੇਸ਼ ਕੀਤਾ ਜਾਣਾ ਹੈ ਇਸ ਪ੍ਰਵਾਨਗੀ ਵਿੱਚੋਂ ਹੀ ਮੋਦੀ ਦੇ ਕੱਟੜਪੰਥੀ ਆਗੂ ਵਾਲੇ ਅਕਸ ਨੂੰ ਤੋੜਨ ਦਾ ਉਪਰਾਲਾ ਹੋ ਰਿਹਾ ਹੈ ਭਾਜਪਾ ਸਿਧਾਂਤਕ ਪੱਖੋਂ ਭਾਰਤ ਵਿੱਚ ਇਕ ਰੂਪਤਾ ਦੀ ਵਕਾਲਤ ਕਰਦੀ ਹੈ ਇਸੇ ਸਮਝ ਤਹਿਤ ਭਾਜਪਾ ਯੂਨੀਫਾਰਮ ਸਿਵਲ ਕੋਡ ਅਤੇ 370 ਦਾ ਵਿਰੋਧ ਕਰਦੀ ਹੈ ਹੁਣ ਇਹੋ ਭਾਜਪਾ ਆਪਣੀਆਂ ਰੈਲੀਆਂ ਵਿੱਚ ਮਜ਼ਹਬੀ ਵੰਸਵੰਤਾ ਪੇਸ਼ ਕਰਨ ਲਈ ਤਰਲੋ ਮੱਚੀ ਹੋ ਰਹੀ ਹੈ ਭਾਜਪਾ ਨੇ ਮੁਸਲਮਾਨ ਪਾਈਚਾਰੇ ਨੂੰ ਰੈਲੀਆਂ ਵਿੱਚ ਕਲੰਦਰੀ ਟੋਪੀਆਂ ਪਾ ਕੇ ਆਉਣ ਲਈ ਕਿਹਾ ਹੈ ਮੁਸਲਮਾਨ ਬੀਬੀਆਂ ਨੂੰ ਬੁਰਕੇ ਪਾ ਕੇ ਆਉਣ ਲਈ ਕਿਹਾ ਗਿਆ ਹੈ ਇੱਕ ਰੈਲੀ ਵਿੱਚ ਤਾਂ ਭਾਜਪਾ ਵੱਲੋਂ ਕਲੰਦਰੀ ਟੋਪੀਆਂ ਵੰਡੇ ਜਾਣ ਦੀਆਂ ਖਬਰਾਂ ਚੱਪੀਆਂ ਨੇ ਕਲੰਦਰੀ ਟੋਪੀ ਦੀ ਸਿਆਸਤ ਭਾਜਪਾ ਤੱਕ ਮਹਦੂਦ ਨਹੀਂ ਹੈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਦੰਗਾ ਪੀੜਤ ਇਲਾਕਿਆਂ ਦਾ ਦੌਰਾ ਕਰਨ ਵੇਲੇ ਕਲੰਦਰੀ ਟੋਪੀ ਪਾਈ ਆਖਰ ਇੱਕ ਕਲੰਦਰੀ ਟੋਪੀ ਕਿਸੇ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਜਾਂ ਕਿਸੇ ਦੇ ਸਹੇਦ ਹੋਣ ਦਾ ਸਬੂਤ ਕਿਵੇਂ ਹੋ ਸਕਦੀ ਹੈ ਕਲੰਦਰੀ ਟੋਪੀ ਕਿਸੇ ਦੀ ਪਛਾਣ ਦਾ ਹਿੱਸਾ ਹੋ ਸਕਦੀ ਹੈ ਕਿਸੇ ਦੇ ਲਿਵਾਸ ਦਾ ਹਿੱਸਾ ਵੀ ਹੋ ਸਕਦੀ ਹੈ ਮਜਬੂਰੀ ਪਛਾਣ ਦਾ ਬਿੰਬ ਵੀ ਹੋ ਸਕਦੀ ਹੈ ਸਿਆਸੀ ਪਾਰਟੀਆਂ ਕਲੰਦਰੀ ਟੋਪੀ ਰਾਹੀਂ ਕੀ ਸਾਬਤ ਕਰਨਾ ਚਾਹੁੰਦੀਆਂ ਨੇ ਕੀ ਕਲੰਦਰੀ ਟੋਪੀ ਦੀ ਨਮਾਇਸ਼ ਕਿਸੇ ਆਗੂ ਜਾਂ ਪਾਰਟੀ ਦਾ ਅਕ ਬਣਾ ਜਾਵੇ ਵਿਗਾੜ ਸਕਦੀ ਹੈ ਸਿਆਸੀ ਪਾਰਟੀਆਂ ਨੂੰ ਅਜਿਹਾ ਕਰਨ ਦੀ ਕੀ ਲੋੜ ਪਈ ਹੈ ਇਹਨਾਂ ਮਸਲਿਆਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਵਿਜੇ ਸੈਗਲ ਜੋ ਸੀਨੀਅਰ ਪੱਤਰਕਾਰ ਨੇ ਡਾਕਟਰ ਕਮਲਪ੍ਰੀਤ ਕੌਰ ਜੋ ਰਾਜਨੀਤੀ ਸ਼ਾਸਤਰੀ ਨੇ ਸਤਿੰਦਰ ਬੈਂਸ ਜੋ ਸੀਨੀਅਰ ਪੱਤਰਕਾਰ ਨੇ ਸੈਗਲ ਸਾਹਿਬ ਜਿਹੜੀ ਇਸ ਕਿਸਮ ਦੀ ਇੱਕ ਐਕਸਰਸਾਈਜ਼ ਪੂਰੀ ਪੂਰੀ ਕੀਤੀ ਜਾ ਰਹੀ ਹੈ ਭਾਜਪਾ ਵੱਲੋਂ ਖਾਸ ਤੌਰ ਦੇ ਉੱਤੇ ਕਿ ਇੱਕ ਤਰੀਕੇ ਨਾਲ ਮੁਸਲਮਾਨਾਂ ਨੂੰ ਪਹਿਲਾਂ ਰੈਲੀਆਂ ਦੇ ਵਿੱਚ ਸ਼ਾਮਲ ਕਰਨਾ वो तो बाद उन्होंने इस रूप पेश करना कि जिम्मे वो नुमाइश की चीज़ हो कि मायने बढ़ देखिए दे मैं बड़ा साफ इसको बड़ा साफ संकेत है कि ऐसा करके आपका निशाना आपकी निगाहें आने वाले चुनाव पट्टी की हैं आप अभी कह रहे थे आपकी भूमिका में कहा जा रहा था कि एक तरफ तो हम धर्म निरपेक्षता की बात करते हैं सब धर्म हमारे लिए बराबर है दूसरी तरफ आप उसकी नुमाइश करते हैं नुमाइश का मतलब आप ये भी दिखा रहे हैं कि हमारे फलां फलां मैं किसी एक, एक संप्रदाय की बात नहीं करता हूँ नहीं भाजपा तो कद नहीं कहती कि वो धर्म निरपक्ष पार्टी ने वो तो कहें ने कि असीं एक धर्म सान मर्यादा वो इस न जुड़ी हुई है हाँ पर जदों भाजपा इस किस्म की मशक करती है हाँ तो वो उनका इनकी ये कोशिश है ना कि इन लोगों को साथ लेकर चले जी लेकिन जो अतीत में जो भाजपा भाजपा को लेकर सवाल उठे हैं खुद आप गुजरात की बात करिए जो गुजरात में दंगे हुए हैं जो स्वयं मोदी जी पे जो सवाल उठे हैं उसके बाद ये सरासर कोशिश ये दिस इज ए पॉलिसी ऑफ अपीजमेंट आप दिखा रहे हैं कि अब हम आपके इससे बढ़ के कोई और सहानुभूति वाला कोई व्यक्ति नहीं, नहीं जितने तक अपीजमेंट वाली जो सियासत है मसला है उत्ते जिम्मे यूपी जो ਚੋਂ ਹੁੰਦੀ ਹੈ ਉੱਥੇ ਗੱਲ ਕੀਤੀ ਜਾਂਦੀ ਹੈ ਕਿ ਕਿਸੇ ਨੂੰ ਇਸ ਤਰੀਕੇ ਨਾਲ ਵਜੀਫੇ ਦਿੱਤੇ ਜਾਣਗੇ ਕਿਸੇ ਨੂੰ ਇਸ ਤਰੀਕੇ ਨਾਲ ਪੈਨਸ਼ਨਾਂ ਦਿੱਤੀਆਂ ਜਾਣਗੀਆਂ ਜਾਂ ਨੌਕਰੀਆਂ ਦੇ ਵਿੱਚ ਇੱਕ ਖਾਸ ਕਿਸਮ ਦਾ ਰਾਖਵਾ ਕਰਨ ਦਿੱਤਾ ਗਿਆ ਉਹ ਤਾਂ ਸਮਝ ਆਉਂਦੀ ਹੈ ਪਰ ਇੱਕ ਰੈਲੀ ਦੇ ਵਿੱਚ ਲਿਆਉਣਾ ਤੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਨਮਾਇਸ਼ ਲਗਾਉਣਾ ਇਹ ਅਪੀਜ਼ਮੈਂਟ ਕਿਵੇਂ ਹੋਇਆ ਮੈਨੂੰ ਇਹ ਸਮਝ ਨਹੀਂ ਆਈ ਤੁਸੀਂ ਮੈਨੂੰ ਸਮਝਾਓ ਜੀ ਉਹ ਅਪੀਜ਼ਮੈਂਟ ਮੇਰਾ ਮਤਲਬ ਕਿ ਆਪਨੇ ਨੂੰ ਕੋ ਇੱਕ ਸਿੰਬਲ ਦੇ ਦਿਆ ਕਿ ਨਹੀਂ ਦਿਖਾਉਣੇ ਲਈ ਦਿਆ ਕਿ ਇਸ ਭੀੜ ਮੇ ਇਤਨੇ ਆਦਮੀ ਇਤਨੀ ਟੋਪੀਆਂ ਹੋਰ ਇਹ ਨਜ਼ਰ ਆ ਰਹੇ और अब आप उसकी बात करते हैं उत्तर प्रदेश की बात करते हैं वहाँ क्या हुआ मुरादाबाद के दंगों को लेकर इतने दिन हाँ सॉरी मुजफ्फरनगर हाँ, हाँ मुजफ्फरनगर को दंगों को लेकर इतनी दिन तक सब कुछ होता रहा और सरकार चुप बैठी रही अब आप वो टोपियाँ तो डाल के और ये दिखा के आप ये दिखा रहे हैं कि आप, आप उनके उनके हैं और आप उनकी उनकी भलाई आप करना चाहते हैं जी ਤੁમે ਸਾ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਸੇ ਤੋਂ ਸਮਾਜ ਜੁੜਨੇ ਕੀ ਬਜਾਇ ਬਟੇਗਾ ਜੀ ਆਪ ਇਸ ਕੋ ਫਰਕ ਕਰਕੇ ਦੇਖਿਏ ਕਿ ਵੋਟ ਕੀ ਰਾਜਨੀਤੀ ਕੋਰ ਸਮਾਨੇ ਰਾਜਨੀਤੀ ਕੋ ਮੈਂ ਫਰਕ ਕਰਕੇ ਦੇਖੀ ਜੀ ਕਮਲਪ੍ਰੀਤ ਇੱਕ ਤਾਂ ਜਿਹੜੀ ਇਸ ਗੱਲ ਦੀ ਪਰਤ ਬਿਲਕੁਲ ਸਾਹਮਣੇ ਦਿਖਾਈ ਦਿੰਦੀ ਹੈ ਕਿ ਵੀ ਤੁਸੀਂ ਇੱਕ ਤਬਕੇ ਨੂੰ ਮਜਹੀ ਪਛਾਣ ਦੇ ਨਾਲ ਜੋੜ ਕੇ ਉਹਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇੱਕ ਪਰਤ ਹੈ ਦੂਜੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਪਿਛਲੇ 10 ਸਾਲ ਤੋਂ ਚੱਲ ਰਹੀ ਹੈ ਉਹਦੀ ਕਾਰਗੁਜ਼ਾਰੀ ਦਾ ਅਧਿਐਨ ਕਰਨਾ ਮੋਦੀ ਦੀ ਆਪਣੀ ਸਰਕਾਰ ਉਥੇ ਤਿੰਨ ਚਾਰ ਚੋਣਾਂ ਜਿੱਤ ਚੁੱਕੇ ਨੇ ਆਪਣੀਆਂ ਪ੍ਰਾਪਤੀਆਂ ਪੇਸ਼ ਕਰਨਾ ਇਹ ਸਾਰੀਆਂ ਗੱਲਾਂ ਛੱਡ ਕੇ ਭਾਜਪਾ ਨੂੰ ਇਸ ਗੱਲ ਦੀ ਕੀ ਲੋੜ ਪੈ ਗਈ ਹੈ ਇਹ ਸਾਫ਼ ਇਹ ਦਿਖ ਰਿਹਾ ਹੈ ਕਿ ਜੀ 2014 ਆ ਰਿਹਾ ਹੈ ਇਲੈਕਸ਼ਨਸ ਆ ਰਹੀਆਂ ਨੇ ਉਹ ਤਾਂ ਠੀਕ ਹੈ ਉਹ ਤਾਂ ਬਿਲਕੁਲ ਹੀ ਸਪਸ਼ਟ ਗੱਲ ਹੈ ਕਿ ਜੇ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਇਆ ਤਾਂ ਚੋਣਾਂ ਲਈ ਬਣਾਇਆ ਰੈਲੀ ਕੀਤੀ ਜਾ ਰਹੀ ਹੈ ਤਾਂ ਚੋਣ ਲਈ ਕੀਤੀ ਜਾ ਰਹੀ ਹੈ ਮਸਲਾ ਇਹ ਹੈ ਕਿ ਵੀ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਜਾਂ ਉਹਦੀਆਂ ਨਾਕਾਮਯਾਬੀਆਂ ਉਹਨਾਂ ਲਈ ਮੁੱਦਾ ਨਹੀਂ ਬਣ ਰਹੀਆਂ ਗੁਜਰਾਤ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਮੁੱਦਾ ਨਹੀਂ ਬਣ ਰਹੀਆਂ ਕੀ ਸਿਆਸੀ ਪਾਰਟੀਆਂ ਦੇ ਵਿੱਚ ਖਾਸ ਕਿਸਮ ਦੀ ਖੜੋਤ ਆ ਗਈ ਹੈ ਕਿ ਉਹਨਾਂ ਨੂੰ ਇਸ ਕਿਸਮ ਦੀਆਂ ਗੱਲਾਂ ਕਰਨੀਆਂ ਪੈਂਦੀਆਂ ਨੇ ਹਾਂਜੀ ਆਈ ਗਈ ਹੈ ਇੱਕ ਸਟੈਗਨੇਸ਼ਨ ਤਾਂ ਆਈ ਗਈ ਹੈ ਕਿਉਂਕਿ ਇੱਕ ਤਾਂ ਗੱਲ ਆ ਰਹੀ ਹੈ ਯੂਪ ਨੂੰ ਕੌਣ ਕਰਨਾ ਹੈ ਜੀ ਰਾਈਟ ਰਾਜਸਥਾਨ ਵਿੱਚ ਇਹਨਾਂ ਨੇ ਜਿਹੜਾ ਟੋਪੀਆਂ ਵੰਡੀਆਂ ਹੈ ਬੁਰਕਾ ਦਾ ਕੰਮ ਕੀਤਾ ਹੈ ਆ ਤੇ ਸਿਰਫ ਇਹਨਾਂ ਨੇ ਟੋਪੀਆਂ ਵੰਡਣ ਤੱਕ ਨਹੀਂ ਗਏ ਹੁਣ ਮੋਦੀ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਗੁਜਰਾਤ ਵਿੱਚ 500 ਮਸਕ ਮਸਜਿਦ ਨੇ ਉਹਨਾਂ ਨੂੰ ਵੀ ਅਸੀਂ ਰੀਨੋਵੇਟ ਕਰਨਾ ਹੈ ਜੀ ਇਟਸ ਕਲੀਅਰ ਦੈਟ ਹੀ ਆਲਸੋ ਨੋਜ਼ ਦੈਟ ਪੀਪਲ ਹੈਵਨਟ ਫੋਰਗਿਵਨ ਦ ਗੋਸ ਜੀ ਜਿਹੜੇ ਗੋਧਰਾ ਰਾਈਟਸ ਹੋਏ ਸੀ ਦੰਗੇ ਹੋਏ ਸੀ ਉਹ ਅਸੀਂ ਲੋਕ ਨਹੀਂ ਭੁੱਲੇ ਐ ਮਾਈਨੋਰਟੀ ਕਮਿਊਨਿਟੀ ਨਹੀਂ ਭੁੱਲੀ ਐ ਭਾਜਪਾ ਸੁਮੇਤ ਕੋਈ ਨਹੀਂ ਭੁੱਲਿਆ ਕਿਉਂਕਿ ਭਾਜਪਾ ਨੂੰ ਜੇ ਚੋਣਾਂ ਦੇ ਮੌਕੇ ਯਾਦ ਆਏ ਨੇ ਤਾਂ ਮਤਲਬ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਹਾਂ ਉਹਨਾਂ ਨੂੰ ਪਤਾ ਹੈ ਕਿ ਲੋਕ ਨਹੀਂ ਭੁੱਲੇ ਤੇ ਵਾਜਪਾ ਨੇ ਭਾਜਪਾ ਨੇ ਪਹਿਲੀ ਵਾਰੇ ਕੰਮ ਨਹੀਂ ਕੀਤਾ ਅ ਐਲਕੇ ਅਡਵਾਨੀ ਨੇ ਜਦਰਾth ਯਾਤਰਾ ਕੱਢੀ ਸੀ ਉਸ ਟਾਈਮ ਜਿਹੜਾ ਉਹਨਾਂ ਨੇ ਆਪਣਾ ਡਰਾਈਵਰ ਰੱਖਿਆ ਸੀ ਜੇਕਰ ਆਪਾਂ ਸਭ ਨੂੰ ਯਾਦ ਹੋ ਮੁਸਲਮ ਡਰਾਈਵਰ ਰੱਖਿਆ ਸੀ ਆਪਣੀ ਰਥ ਯਾਤਰਾ ਵਿੱਚ ਇਹ ਕਈ ਸਾਲ ਪਹਿਲਾਂ ਦੀ ਗੱਲ ਹੈ ਉਹਨਾਂ ਨੂੰ ਸਮਝ ਆ ਗਈ ਸੀ ਕਿ ਮੁਸਲਮ ਵੋਟ ਦੇ ਬਿਨਾਂ ਸੀ ਪਾਵਰ ਵਿੱਚ ਨਹੀਂ ਆ ਸਕਦੇ ਤੇ ਇਹ ਮਾਈਨੋਰਟੀ ਕਮਿਊਨਿਟੀ ਨੂੰ ਡਿਵਾਈਡ ਕਰਨ ਦਾ ਉਹਨਾਂ ਦੇ ਉਹਨਾਂ ਨੂੰ ਆਪਣੇ ਪੱਖ ਵਿੱਚ ਲੈ ਜਾਣ ਦਾ ਬਹੁਤ ਹੀ ਇੱਕ ਬਹੁਤ ਬੜਾ ਸਟੈਪ ਹੈ ਜੋ ਬਹੁਤ ਸ਼ਰਮਨਾਇਕ ਹੈ ਇਟਸ ਇਟ ਇਜ਼ ਇੰਬੈਰਸਿੰਗ ਕਿ ਅੱਜ ਕੱਲ ਦੀ ਪਾਰਟੀਆਂ ਜਾਂ ਅੱਜ ਕੱਲ ਦਾ ਜਿਹੜਾ ਸ਼ਾਈਨਿੰਗ ਇੰਡੀਆ ਦਾ ਕਨਸੈਪਟ ਹੈ ਜਿੱਥੇ ਅਸੀਂ ਕਹਿ ਰਹੇ ਕਿ ਅਸੀਂ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ ਐਮ ਐਨ ਸੀਜ਼ ਦੀ ਗੱਲ ਕਰ ਰਹੇ ਹਾਂ ਜਦ ਇਲੈਕਸ਼ਨਸ ਦਾ ਟਾਈਮ ਆਉਂਦਾ ਅਸੀਂ ਇੰਨਾ ਹੀ ਗਿਰ ਜਾਂਦੇ ਕਿ ਅਸੀਂ ਲੋਕਾਂ ਨੂੰ ਧਰਮ ਦੇ ਨਾਂ ਦੇ ਉੱਪਰ ਇਹ ਬਹੁਤ ਹੀ ਅੰਬੈਰਸਿੰਗ ਗੱਲ ਹੈ ਕਿਹਦੇ ਲਈ ਅੰਬੈਰਸਿੰਗ ਗੱਲ ਹੈ ਭਾਜਪਾ ਲਈ ਕਾਂਗਰਸ ਲਈ ਮੇਰੇ ਲਈ ਤੁਹਾਡੇ ਲਈ ਸੈਗਲਜੀ ਲਈ ਬੈਂਸ ਸਾਹਿਬ ਲਈ ਇਹ ਇੰਡੀਆ ਐਜ਼ ਅ ਹੋਲ ਜੀ ਲੋਕਾਂ ਲਈ ਵੀ ਕਿ ਪੋਲਿਟੀਕਲ ਪਾਰਟੀਆਂ ਨੂੰ ਪਤਾ ਸੀ ਛੋਟੀ ਗੱਲਾਂ ਤੇ ਆਪਸ ਵਿੱਚ ਡਿਵਾਈਡ ਹੋ ਜਾਣੇ ਇਹ ਸਾਡੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਡਿਵਾਈਡ ਹੋ ਜਾਣੇ ਤੇ ਇਸ ਕਰਕੇ ਉਹ ਇਸ ਚੀਜ਼ ਦਾ ਫਾਇਦਾ ਉਠਾਉਂਦੇ ਨੇ ਕਿਤੇ ਅਸੀਂ ਡਿਵਾਈਡ ਨਹੀਂ ਹੁੰਦੇ ਤਾਂ ਇਹ ਸਾਡੇ ਵਿੱਚ ਫੁੱਟ ਪਾਈ ਜਾਂਦੀ ਹੈ ਸੋ ਇਹ ਪੂਰੇ ਇੰਡੀਆ ਲਈ ਪੂਰਾ ਪੂਰੇ ਦੇਸ਼ ਲਈ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਜੀ ਇੱਕ ਗੱਲ ਜਿਹੜੀ ਮੈਨੂੰ ਹੋਰ ਨਹੀਂ ਸਮਝ ਆਉਂਦੀ ਕਿ ਤੁਸੀਂ ਦੋਨਾਂ ਨੇ ਇਹ ਕਿਹਾ ਕਿ ਵੀ ਇਹ ਤੇ ਲੋਕਾਂ ਨੂੰ ਵੰਡਣ ਵਾਲੀ ਗੱਲ ਹੈ ਪਰ ਜਦੋਂ ਉਹ ਇਕੱਠੇ ਰੈਲੀ ਕਰਦੇ ਨੇ ਦੇਖਣ ਨੂੰ ਤਾਂ ਇਹ ਲੱਗਦਾ ਨਹੀਂ ਕਿ ਉਹ ਜੋੜਨ ਵਾਲੀ ਗੱਲ ਆ ਉਹਨਾਂ ਨੂੰ ਲਿਆ ਰਹੇ ਨੇ। ਰਾਦਰ ਜਿਹੜੇ ਲੋਕ ਉਹਨਾਂ ਤੇ ਸ਼ੱਕ ਕਰ ਰਹੇ ਨੇ ਕਿ ਭਾਜਪਾ ਮੁਸਲਮਾਨਾਂ ਨੂੰ ਨਾਲ ਜੋੜ ਕੇ ਨਹੀਂ ਰੱਖਦੀ। ਉਹ ਤਾਂ ਉਹਨਾਂ ਨੂੰ ਦੱਸ ਵੀ ਰਹੇ ਨੇ, ਦਿਖਾ ਵੀ ਰਹੇ ਨੇ ਕਿ ਦੇਖੋ ਸਾਡੀ ਰੈਲੀ ਦੇ ਵਿੱਚ ਆਏ ਨੇ ਬੁਰਕੇ ਪਾ ਕੇ ਆਈਆਂ ਨੇ ਬੀਬੀਆਂ, ਇਹ ਕਲੰਦਰੀ ਟੋਪੀਆਂ ਪਾ ਕੇ ਆਏ ਨੇ ਮਰਦ। ਵੀ ਉਹਦੇ ਲਈ ਤੁਹਾਨੂੰ ਲੋਕਾਂ ਨੂੰ ਦਿਖਾਉਣ ਦੀ ਕੋਈ ਲੋੜ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਅਲੱਗ ਬਿਠਾਏ। ਜੀ। ਅਗਰ ਉਹਨਾਂ ਨੂੰ ਬਿਠਾਉਣਾ ਹੀ ਹੈ ਵਿਚ ਬਿਠਾਓ। ਜੋ ਡਰੈਸ ਪਾ ਕੇ ਆਉਣ ਪਾਉਣ ਦੋ। ਜੀ। ਇਦੇ ਲਈ ਤੁਸੀਂ ਆਪ ਡਿਸਟ੍ਰੀਬਿਊਟ ਕਰ ਰਹੇ ਹੋ ਆਪ ਇਨਕਰੇਜ ਕਰ ਰਹੇ ਹੋ ਤੁਸੀਂ ਤੁਸੀਂ ਮੁਸਲਿਮ ਉਹਨਾਂ ਦਾ ਕੌਨਫੀਡੈਂਸ ਵਨ ਕਰਕੇ ਉਹਨਾਂ ਨੂੰ ਆਮ ਬੰਦੇ ਦੀ ਤਰ੍ਹਾਂ ਜਿਵੇਂ ਹਿੰਦੂ ਆ ਰਹੇ ਨੇ ਸਿੱਖ ਆ ਰਹੇ ਨੇ 크ਰਿਸਚੀਅਨਸ ਆ ਰਹੇ ਨੇ ਦਲਿਤ ਆ ਰਹੇ ਨੇ ਉਸ ਤੋਂ ਉਹਨਾਂ ਨੂੰ ਐਂਟਰ ਕਰਨ ਦਿਓ ਉਹਨਾਂ ਨੂੰ ਵਿੱਚ ਬਾਕੀ ਲੋਕਾਂ ਦੇ ਵਿੱਚ ਬੈਠਣ ਦਿਓ ਇੱਕ ਇਹੋ ਜਿਹੀ ਰੈਲੀ ਹੋਏ ਜਿੱਥੇ ਸਭ ਬੈਠੇ ਨੇ ਤੇ ਵਿੱਚ ਵਿੱਚ ਅਗਰ ਤੁਹਾਨੂੰ ਸਕੈਲ ਕੈਪ ਦਿਖ ਵੀ ਰਹੀ ਹੈ ਉਹ ਉਹ ਜ਼ਿਆਦਾ ਅੱਛਾ ਲੱਗੇਗਾ ਰਾਦਰ ਕਿ ਤੁਸੀਂ ਗੇਟ ਤੇ ਵੰਡ ਰਹੇ ਹੋ ਜਾਂ ਇੱਕ ਕਾਲ ਦੇ ਰਹੇ ਹੋ ਅਗਰ ਤੁਸ ਤੁਹਾਡੇ ਵਿੱਚ ਇਨਾ ਕੌਨਫੀਡੈਂਸ ਹੈ ਤਾਂ ਮੁਸਲਮ ਜਿਹੜੇ ਮੁਸਲਮ ਦੀ ਆਪਾਂ ਗੱਲ ਕਰ ਰਹੇ ਹਾਂ ਮਾਈਨੋਰਟੀ ਕਮਿਊਨਿਟੀ ਨੂੰ ਤੁਸੀਂ ਤੁਹਾਡੇ ਵਿੱਚ ਇਨੀ ਤਾਕਤ ਹੋਣੀ ਚਾਹੀਦੀ ਕਿ ਤੁਸੀਂ ਉਹਨਾਂ ਨੂੰ ਆਪਣੀ ਰੈਲੀ ਵਿੱਚ ਅਟਰੈਕਟ ਕਰ ਸਕੋ ਤੇ ਜਿਹੜਾ ਮੁਸਲਮ ਤਬਕਾ ਹੈ ਜੋ ਆਪਾਂ ਨਿਊਜ਼ਪੇਪਰ ਵਿੱਚ ਪੜ ਰਹੇ ਹਾਂ ਉਹਨਾਂ ਵਿੱਚੋਂ ਇੱਕ ਬਹੁਤ بڑا ਸੈਕਸ਼ਨ ਹੈ ਕਹਿ ਰਿਹਾ ਹੈ ਕਿ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਕਾਂਗਰਸ ਦੀ ਵੀ ਆਪਾਂ ਗੱਲ ਸੁਣ ਲਈ ਹੈ ਕਿ ਦਿੱਲੀ ਵਿੱਚ ਮੈਰੋਲੀ ਫਾਰਮਸ ਵਿੱਚ ਇੱਕ 3000 ਕਰੋੜ ਦਾ ਇੱਕ ਮਾਸਕ ਦੇ ਉੱਪਰ ਇੱਕ ਜਗ੍ਹਾ ਹੈ ਉਹਦੇ ਉੱਪਰ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਇਹ ਵਾਪਸ ਦਿੱਤਾ ਜਾਏ ਦੇ ਉੱਪਰ ਜਲਦੀ ਲਿਟੀਗੇਸ਼ਨ ਖਤਮ ਕੀਤੀ ਜਾਏ। ਤੋ ਜਿਹੜਾ ਮੁਸਲਿਮ ਇਹ ਸਿਰਫ ਭਾਜਪਾ ਨਹੀਂ ਕਰ ਰਿਹਾ ਕਾਂਗਰਸ ਵੀ ਕਰ ਰਿਹਾ ਹੈ ਕਿ ਮੁਸਲਿਮ ਅਪੀਜ਼ਮੈਂਟ ਹੋ ਰਹੀ ਹੈ ਮਾਈਨੋਰਟੀ ਕਮਿਊਨਿਟੀ ਦੀ। ਸੋ ਇਹ ਮੁਸਲਿਮ ਕਮਿਊਨਿਟੀ ਵੀ ਇਹ ਕਹਿ ਰਿਹਾ ਹੈ ਕਿ ਅਸੀਂ ਅਸੀਂ ਇਹ ਤਮਾਸ਼ੇਬਾਜ਼ੀ ਤੋਂ ਉੱਪਰ ਉੱਠ ਗਏ ਸਾਨੂੰ ਡਿਵੈਲਪਮੈਂਟ ਦੀ ਗੱਲ ਕਰਨੀ ਹੈ। ਉਹ ਇਸ ਚੀਜ਼ ਨੂੰ ਇੱਕ ਤਮਾਸ਼ੇ ਦੀ ਤਰ੍ਹਾਂ ਲੈ ਰਹੇ। ਜੀ ਬੈਂਸਾਹਬ ਇੱਕ ਦੌਰ ਸੀ ਜਦੋਂ ਨਰਿੰਦਰ ਮੋਦੀ ਨੂੰ ਇਸ ਟੋਪੀ ਦੇ ਉੱਤੇ ਇਤਰਾਜ ਸੀ ਜੀ ਉਹਨਾਂ ਨੂੰ ਪੇਸ਼ ਕੀਤੀ ਗਈ ਤੇ ਉਹਨਾਂ ਨੇ ਆਪਣਾ ਕੰਨੀ ਖਸਕਾ ਲਈ ਕਿ ਇਹ ਮੇਰੇ ਲਈ ਨਹੀਂ ਹੈ ਹੁਣ ਉਹ ਇਸ ਟੋਪੀਆਂ ਵਾਲਿਆਂ ਦੀ ਸਭਾ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਤੇ ਦੂਜੀ ਗੱਲ ਹੈ ਕਿ ਭਾਜਪਾ ਦੇ ਅੰਦਰ ਜਿਹੜੀ ਗੱਲ ਚੱਲ ਰਹੀ ਹੈ ਕਿ ਜਿਹੜਾ ਐਲਕੇ ਅਡਵਾਨੀ ਹੈ ਉਹ ਦੂਜੀਆਂ ਪਾਰਟੀਆਂ ਨੂੰ ਪ੍ਰਵਾਨ ਹੋ ਸਕਦਾ ਹੈ ਇਸ ਕਰਕੇ ਉਹ ਬਿਹਤਰ ਉਮੀਦਵਾਰ ਹੋ ਸਕਦਾ ਹੈ ਤੇ ਨਰਿੰਦਰ ਮੋਦੀ ਦੇ ਮੁਕਾਬਲੇ ਕਿ ਨਰਿੰਦਰ ਮੋਦੀ ਨੂੰ ਇਸ ਵੇਲੇ ਐਲਕੇ ਅਡਵਾਨੀ ਦੀ ਜੁੱਤੀ ਪਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ ਪਹਿਲਾਂ ਤਾਂ ਮੈਂ ਤੁਹਾਡੇ ਪਹਿਲੇ ਉਹਦਾ ਜਵਾਬ ਦੇ ਦਿਆਂ ਟੋਪੀ ਵਾਲਾ ਜਿਹੜਾ ਮੁੱਦਾ ਤੁਸੀਂ ਗੱਲ ਕੀਤੀ ਹੈ ਐਕਚੁਅਲੀ ਟੋਪੀ ਦੇ ਜਿਹੜੇ ਪਿੱਛੇ ਰਾਜਨੀਤੀ ਮੈਂ ਬੜੀ ਦੇਰ ਸੋਚ ਰਿਹਾ ਸੀਗਾ ਕਿ ਐਗਜ਼ੈਕਟ ਵਰਡ ਕੀ ਹੋ ਸਕਦਾ ਹੈ ਜੋ ਜੋ ਕੁਝ ਹੋ ਰਿਹਾ ਹੈ ਇਹ ਇੱਕ ਆਪਣਾ ਪੰਜਾਬੀ ਜਵੜਾ ਬੁਰਸ਼ਾਗਰਦੀ ਬੁਰਸ਼ਾ ਬੁਰਸ਼ਾਗਰਦੀ ਬੁਰਸ਼ਾਗਰਦੀ ਹਾਂਜੀ ਤਾਂ ਉਹ ਬੁਰਸ਼ਾਗਰਦੀ ਐਕਚੁਅਲੀ ਕੀ ਹੈ ਦੇਖੋ ਮਨਾਰਟੀ ਕਮਿਊਨਿਟੀਆਂ ਅਗੇਂਸਟ ਬੀ ਜੀ ਪੀ ਨੇ ਜੋ ਗੁਜਰਾਤ ਵਿੱਚ ਕੀਤਾ ਹੈ ਉੱਥੇ ਮੁਸਲਮਾਨਾਂ ਨੂੰ ਕੁੱਟਿਆ ਜੀ ਠੀਕ ਹੈ ਹੁਣ ਉਥੇ ਉਹਨਾਂ ਵਾਸਤੇ ਇੱਕ ਮਾਹੌਲ ਹੀ ਕ੍ਰੀਏਟ ਕਰਤਾ ਵੀ ਜਾਂ ਤਾਂ ਸਾਡੇ ਨਾਲ ਚੱਲੋ ਜਾਂ ਫਿਰ ਤੁਹਾਨੂੰ ਕੁੱਟਾਂਗੇ ਜੀ ਮਹਾਰਾਸ਼ਟਰ ਦੇ ਵਿੱਚ 70 ਦੇ ਵਿੱਚ ਦੰਗੇ ਹੋਏ ਸੀਗੇ ਇੱਕ ਵਾਰੀ ਹੋਇਆ ਉਥੇ ਮੁਸਲਮਾਨਾਂ ਦੇ ਅਗੇਂਸਟ ਹੋਏ ਸੀਗੇ ਉਹ ਜੀ ਉਥੇ ਵੀ ਮੁਸਲਮਾਨ ਉਸ ਤੋਂ ਬਾਅਦ ਸ਼ਹਿਰ ਸਨਾਂ ਦੇ ਨਾਲ ਚੱਲਦੇ ਆ 1999 ਦੇ ਵਿੱਚ ਦਿੱਲੀ ਚ ਮੁੰਬਈ ਚ ਬਹੁਤ ਵੱਡਾ ਦੰਗਾ ਹੋਇਆ ਸੀ ਉਹ ਉਥੇ ਵੀ ਮੁਸਲਮਾਨ ਜਿਹੜੇ ਆ ਉਸ ਤੋਂ ਬਾਅਦ ਉਹਨਾਂ ਨੇ ਸੋਚ ਲਿਆ ਕਿ ਸਾਡੀ ਜਿਹੜੀ ਸਰਵਾਈਵਲ ਹੈ ਇੱਥੇ ਉਹ ਤਾਂ ਹੀ ਆ ਜੀ ਅਸੀਂ ਇਹਨਾਂ ਦੇ ਨਾਲ ਚੱਲਦੇ ਆ ਜੀ ਸੋ ਇਹ ਸੇਮ ਪੈਟਰਨ ਕੁਝ ਰਾਜਾਂ 'ਚ ਰਿਪੀਟ ਹੋਇਆ ਹੁਣ ਤੇ ਸਿੱਖਾਂ ਦੇ ਵਿਰੁੱਧ ਕੀ ਹੋ ਰਿਹਾ ਮਾਇਨੋਰਿਟੀ ਕਮਿਊਨਿਟੀ ਹੈ ਉੱਥੇ 50000 ਦੇ ਕਰੀਬ ਸਿੱਖ ਨੇ ਪਰ ਜਿਹੜਾ ਇੱਕ ਕੇਸ ਅੱਜਕੱਲ੍ਹ ਅਖਬਾਰਾਂ 'ਚ ਤੁਸੀਂ ਪੜ੍ਹਦੇ ਹੋ ਉਹ ਹੈਗਾ ਕਿ ਉੱਥੇ ਜਿਹੜੀ ਜ਼ਮੀਨਾਂ 'ਤੇ ਬੇਦਖਲ ਕੀਤਾ ਜਾ ਰਿਹਾ ਉਹਨਾਂ ਨੂੰ ਉਹ ਸਿਰਫ 500 ਫੈਮਿਲੀ ਇਫੈਕਟ ਹੋ ਰਹੀ ਹੈ ਉਹਦੇ ਨਾਲ ਕਸ਼ ਦੇ ਜਿਲ੍ਹੇ ਦੇ ਵਿੱਚ ਪਰ ਉਸ ਏਰੀਆ ਦੇ ਵਿੱਚ ਕਸ਼ ਦੇ ਵਿੱਚ 50000 ਜਿਹੜੀ ਸਿੱਖ ਫੈਮਿਲੀ ਹੈ ਉਹ ਕੀ ਹੈ ਕਿ ਮੈਸੇਜ ਹੈ ਕਿ ਜੇ ਤੁਸੀਂ ਇੱਥੇ ਰਹਿਣਾ ਹੈ ਠੀਕ ਹੈ ਨਾ ਤੇ ਸਾਡੇ ਨਾਲ ਚੱਲੋ ਨਹੀਂ ਤੇ ਫਿਰ ਤੁਹਾਨੂੰ ਕੁੱਟਾਂਗੇ ਸੋ ਇਹ ਵਰਸ਼ਾ ਕਰਦੀ ਪਤਾ ਹੈ ਕਿ ਟੋਪੀ ਲੈਣਾ ਉਹਨਾਂ ਨੇ ਇਨਕਾਰ ਕੀਤਾ ਟੋਪੀ ਨੂੰ ਹੇਟ ਕਰਦਾ ਆ ਠੀਕ ਹੈ ਨਾ ਉਹਦੇ باوجود ਹੁਣ ਉਹ ਟੋਪੀਆਂ ਲੈ ਕੇ ਆ ਰਹੇ ਵਨ ਲੋਕ ਲੋਕ ਕਿ ਮੂਰਖ ਥੋੜੀ ਹੈ ਲੋਕਾਂ ਨੂੰ ਪਤਾ ਨਹੀਂ ਕੀ ਹੋ ਰਿਹਾ ਸੋ ਇਹ ਪੋਲਿਟਿਕਸ ਜਿਹੜੀ ਵਿਜੇ ਦੀ ਕਾਮਯਾਬ ਨਹੀਂ ਹੋਣੀ ਜਿਹੜੀ ਇੱਕ ਦਿਖਾਵਾ ਹੈ ਆਦਰਵਾਇਸ ਪਤਾ ਹੈ ਕਿ ਐਂਟੀ ਮਾਇਨੋਰਿਟੀ ਕਮਿਊਨਿਟੀ ਜਿਹੜਾ ਇਹਨਾਂ ਦਾ ਸਟੈਂਡ ਹੈਗਾ ਆ ਹਿੰਦੂਤਵਵਾਦ ਆ ਰਿਹਾ ਇਸ ਵਾਰੀ ਤਾਂ ਆਰਐਸਐਸ ਜਿਹੜਾ ਬੜਾ ਓਪਨਲੀ ਬਾਹਰ ਆਇਆ ਓਪਨਲੀ ਉਹਨਾਂ ਨੇ ਇਨਡੋਰਸ ਕੀਤਾ ਆ ਕਿ ਮੋਦੀ ਸ਼ੁੱਡ ਬੀ ਦੀ ਲੀਡਰ ਪਹਿਲਾਂ ਕਦੇ ਹੁੰਦਾ ਸੀ ਪਿੱਛੋਂ ਕੰਮ ਕਰਦੇ ਸੀ ਆਰਐਸਐਸ ਸੋ ਇਸ ਵਾਰੀ ਤਾਂ ਬੜਾ ਕਲੀਅਰਲੀ ਉਹਨਾਂ ਨੇ ਕਿਹਾ ਸੋ ਇਹ ਜਿਹੜੀ ਹਿੰਦੂਤਵਵਾਦ ਦਾ ਸਲੋਗਨ ਲੈ ਕੇ ਚੱਲੇ ਆ ਬੇਸਿਕਲੀ ਸਾਰਾ ਹੈ ਉਹੀ ਹੈ ਪਰ ਇੱਕ ਮੁਸਲਮਾਨ ਮਜਬੂਰੀ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਗਿਆ ਕਿ ਜਿਸ ਸਮੇਂ ਉਹਨੇ ਚੁੱਧੇ ਨੂੰ ਦਨ ਕੁੱਟਾਂਗੇ ਜੀ ਠੀਕ ਹੈ ਨਾ ਪਰ ਨਰਿੰਦਰ ਮੋਦੀ ਨੇ ਪਹਿਲਾਂ ਕਿਹਾ ਸੀ ਕਿ ਮੈਂ ਤੁਹਾਡੀ ਟੋਪੀ ਨਹੀਂ ਪਾਉਣੀ ਪਰ ਹੁਣ ਇਹ ਕਹਤਾ ਕਿ ਤੁਹਾਡੀਆਂ ਟੋਪੀਆਂ ਮੈਂ ਤੁਹਾਨੂੰ ਇਹ ਮੈਸੇਜ ਉਹਨਾਂ ਨੂੰ ਇਹੀ ਹੈ ਜੇ ਹੁਣ ਜੇ ਸਾਡੇ ਨਾਲ ਹੀ ਤਾਂ ਤੁਹਾਡੇ ਕੋਈ ਕਟਾਪਾ ਨਹੀਂ ਕਰਾਂਗੇ ਜਿਵੇਂ ਪਹਿਲਾਂ ਕੀਤਾ ਦੂਜੀ ਤੁਸੀਂ ਅਡਵਾਨੀ ਦੀ ਗੱਲ ਕੀਤੀ ਆ ਅਡਵਾਨੀ ਨੇ ਦੇਖੋ ਇਹ ਗੱਲ ਦੀ ਥੋੜੀ ਸਮਝ ਸੀਗੀ ਕਿ ਇੰਡੀਆ ਦੇ ਵਿੱਚ ਇੰਨੀਆਂ ਜ਼ਿਆਦਾ ਕਮਿਊਨਿਟੀਆਂ ਨੇ ਜਿਹੜੀਆਂ ਮਾਨੋਰਿਟੀਆਂ ਨੇ ਹੈ ਨਾ ਉਹ ਇਸ ਵਕਤ ਮжоਰਿਟੀਆਂ ਨੇ ਮਾਨੋਰਿਟੀਆਂ ਇਟਸੈਲਫ ਇਨ ਮੈਜੋਰਿਟੀ ਉਹਨਾਂ ਦੇ ਹੁੰਦੇ ਆ ਤੁਸੀਂ ਮਤਲਬ ਉਹਨਾਂ ਤੋਂ ਬਿਨਾਂ ਸਰਕਾਰ ਨਹੀਂ ਬਣਾ ਸਕਦੇ ਤੇ ਉਹਨੂੰ ਜੇ ਤੁਸੀਂ ਕਹੋ ਓਵਰਨਾਈਟ ਮੋਦੀ ਨੂੰ ਇੱਕ ਇਮੇਜ ਬਣਾ ਦੋ ਹੁਣ ਤੱਕ ਜੋ ਇਮੇਜ ਸੀ ਉਹਨੂੰ ਕਹੋ ਕਿ ਇਹ ਸੈਕਟਰ ਹੋ ਗਿਆ ਓਵਰਨਾਈਟ ਇਹ ਨਹੀਂ ਹੋ ਸਕਣਾ ਠੀਕ ਹੈ ਨਾ ਉਹਦੀਆਂ ਸਪੀਚਸ ਸੁਣੋ ਸਪੀਚਸ ਦੇ ਵਿੱਚ ਉਹਦੇ ਉਹੀ ਰੰਗ ਹੈ ਉਹੀ ਟੋਨ ਹੈ ਠੀਕ ਹੈ ਕਿ ਨਹੀਂ ਸੋ ਯੂ ਕੈਨਟ ਚੇਂਜ ਟੋਨ ਐ ਟੋਪੀਆਂ ਦੇ ਨਾਲ ਪੋਲਿਟਿਕਸ ਚੇਂਜ ਨਹੀਂ ਹੋਏਗੀ ਦਵਾਨੀ ਜਿਹੜਾ ਹੈ ਦਵਾਨੀ ਦੇਖੋ ਕੋਈ ਕੋਈ ਵੀ ਲੀਡਰ ਹੈ ਉਹਨੂੰ ਇਹ ਪਹਿਲੀ ਵਾਰੀ ਉਹ ਨਹੀਂ ਕਾਮਯਾਬ ਹੋਇਆ ਉਹਦੇ ਕਿਵੇਂ ਥੋੜਾ ਬਣਿਆ ਸੀਗਾ ਅਗਰ ਕਾਂਗਰਸ ਸੈਕੂਲਰ ਇਮੇਜ ਹੈ ਤੇ ਭਾਜਪਾ ਜੇ ਉਸ ਇਮੇਜ ਤੇ ਚੱਲਣਾ ਚਾਹੁੰਦੀ ਤਾਂ ਉਹਨਾਂ ਨੂੰ ਨੇਚਰਲੀ ਐਡਵਾਨੀਸ਼ ਸ਼ੁੱਡ ਬੀ ਦੀ ਚੋਇਸ ਮਤਲਬ ਜਿਹੜਾ ਮੁਸਲਮਾਨ ਭਾਈਚਾਰੇ ਦਾ ਜਿਹੜਾ ਬੁਰਕਾ ਪਾਇਆ ਹੋਇਆ ਉਹਨਾਂ ਦੀ ਉਹਦੇ ਨਾਲ ਜਿਹੜੀ ਮੋਦੀ ਦੀ ਸਿਆਸਤ ਨਹੀਂ ਟਕੀ ਜਾ ਸਕਦੀ ਨਹੀਂ ਬਿਲਕੁਲ ਬਿਲਕੁਲ ਨਹੀਂ ਟਕੀ ਜਾ ਸਕਦੀ ਸੈਗਲ ਜੀ ਇੱਕ ਨਾ ਭਾਜਪਾ ਦਾ ਸ਼ੁਰੂ ਤੋਂ ਹੀ ਇੱਕ ਰਵਾਇਤ ਰਹੀ ਹੈ ਜਿਹਦੇ ਬਾਰੇ ਇੱਕ ਗੱਲ ਜਿਹੜੀ ਜੈਪਲ ਰੈਡੀ ਹੋਣਾ ਨੇ ਇੱਕ ਵਾਰ ਪਾਰਲੀਮੈਂਟ ਦੇ ਵਿੱਚ ਤਕਰੀਰ ਉਹ ਕਹਿੰਦੇ ਜੀ ਜਿਹੜੇ ਅਟਲ ਬਿਹਾਰੀ ਬਾਜਪਾਈ ਦੇ ਮੁਕਾਬਲੇ ਦੇ ਵਿੱਚ ਐਲਕੇ ੜਵਾਨੀ ਜਿਹੜੇ ਆ ਉਹ ਕੱਟੜਪੰਥੀ ਹੈ ਐਲਕੇ ੜਵਾਨੀ ਦੇ ਮੁਕਾਬਲੇ ਦੇ ਵਿੱਚ ਮੁਰਲੀ ਮਨੋਹਰ ਚੋਸ਼ੀ ਕੱਟੜਪੰਥੀ ਹੈ ਇਸ ਤਰੀਕੇ ਨਾਲ ਉਹਨੇ ਪੰਜ ਛੇ ਆਗੂਆਂ ਦੀ ਜਿਹੜੀ ਇੱਕ ਲਾਈਨ ਬਣਾਈ ਸੀਗੀ ਕਿ ਫਲਾਣੇ ਦੇ ਮੁਕਾਬਲੇ ਦੇ ਵਿੱਚ ਫਲਾਣਾ ਜਿਹੜਾ ਉਹ ਨਰਮਿੰਦਰ ਲੀਆ ਇਸ ਵੇਲੇ ਭਾਜਪਾ ਦਾ ਇੱਕ ਜਿਹੜਾ ਸੰਕਟ ਹੈ ਵੀ ਜਿਹੜਾ ਲੀਡਰ ਨੂੰ ਉਹ ਪੇਸ਼ ਕਰਨਾ ਚਾਹੁੰਦੇ ਆ उन्होंने वो नर्मदलिया भी बनाना चाहते हैं क्योंकि पिछले आर एस एस हैगी है तो उन्होंने कट्टपंथी भी बना चाहूँ इसे संकट की एक पैदाइश है कि इस रूप आ रहा संकट की पैदाइश से ज़्यादा तो मैं समझता हूँ पार्टी का असमंजस है इससे पार्टी के जो भीतरी अंतर भेद अंतर कला तो नहीं मैं कहता वो सामने आ गए लेकिन एक बात हमें नहीं भूलनी चाहिए कि सब बातों के बावजूद मोदी ने जो मॉडल बाकी बातें छोड़ दीजिए आप फिलहाल मोदी ने जो मॉडल गुजरात में तरक्की और विकास की नज़रिए से पेश किया है उसको लेके मैं समझता हूँ कि ही इज एक्सेप्टेबल धीरे धीरे लोग ये मानने लगे हैं कि आज के हालात में जिस तरह महंगाई जिस तरह भ्रष्टाचार जिस तरह आदमी आम आदमी की तकलीफात उभर रही हैं उसमें हमें कोई विकल्प चाहिए तो वो एक मॉडल देख रहे हैं कि मोदी ने जो कुछ गुजरात में किया ਸ਼ਾਇਦ ਪੂਰੇ ਦੇਸ਼ 'ਤੇ ਉਹ ਮਾਡਲ ਲਾਗੂ ਹੋ ਸਕੇਗਾ ਨਹੀਂ ਤਾਂ ਉਹ ਇੱਕ ਆਲਟਰਨੇਟਿਵ ਦੇ ਦੋ ਗੱਲਾਂ ਨੇ ਇੱਕ ਤਰ੍ਹਾਂ ਲਿਖਿਆ ਕਿ ਜਦੋਂ ਆਪਾਂ ਮੋਦੀ ਦੀ ਉੱਥੇ ਤਰੱਕੀ ਦੀ ਗੱਲ ਕਰਦੇ ਆਂ ਤੇ ਬਿਜਲੀ ਦੀ ਗੱਲ ਆ ਸਨਤੀ ਵਿਕਾਸ ਦੀ ਗੱਲ ਹੈ ਉਹਦੇ ਵਿੱਚ ਜਦੋਂ ਆਪਾਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਨਾ ਕਾਮਯਾਬੀਆਂ ਦੀ ਗਿਣਤੀ ਕਰਦੇ ਆਂ ਉਹਦੇ ਵਿੱਚ ਮਹਿੰਗਾਈ ਆ ਗਈ ਹੈ ਉਹਦੇ ਵਿੱਚ ਭ੍ਰਸ਼ਟਾਚਾਰ ਆ ਗਿਆ ਇਹ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਆ ਗੁਜਰਾਤ ਦੇ ਵਿੱਚ ਹੋ ਚੁੱਕਾ ਹੈ ਦੂਜੀ ਦੂਜਾ ਸਵਾਲ ਜਿਹੜਾ ਮਸਲਾ ਹੈ ਇਹ ਹੈ ਕਿ ਜਦੋਂ ਉਹ ਉਹਨਾਂ ਨੂੰ ਲੱਗਦਾ ਜਿਵੇਂ ਤੁਸੀਂ ਵੀ ਕਿਹਾ ਕਿ ਉਹਨਾਂ ਦੀਆਂ ਪ੍ਰਾਪਤੀਆਂ ਨੇ ਉਹਨਾਂ ਨੇ ਇੱਕ ਚੰਗਾ ਮਾਡਲ ਪੇਸ਼ ਕੀਤਾ ਜਿਹਨੂੰ ਇੱਕ ਇਨਕਲੂਸਿਵ ਗਰੋਥ ਇੱਕ ਅਜਿਹਾ ਵਿਕਾਸ ਜਿਹਦੇ ਵਿੱਚ ਸਾਰੇ ਲੋਕ ਸ਼ਾਮਿਲ ਨੇ ਉਹਨਾਂ ਨੇ ਕੀਤਾ ਤੇ ਫਿਰ ਉੱਥੇ ਉਹਨਾਂ ਦਾ ਕੌਨਫੀਡੈਂਸ ਕਿਉਂ ਨਹੀਂ ਬਣਦਾ ਉਹਨਾਂ ਨੂੰ ਇਸ ਕਿਸਮ ਦਾ ਹਤਕੰਡਾ ਕਿਉਂ ਅਪਣਾਉਣਾ ਪੈਂਦਾ ਮੈਂ ਮੇਰੇ ਮਤਲਬ ਗੁਜਰਾਤ ਦੀ ਗੱਲ ਕਰ ਰਹੇ ਹਾਂ ਗੁਜਰਾਤ ਨੂੰ ਉਹ ਕੌਨਫੀਡੈਂਸ ਨਾਲ ਕਿਉਂ ਨਹੀਂ ਪੇਸ਼ ਕਰ پا ਰਹੇ ਕਿ ਜੇ ਅਸੀਂ ਗੁਜਰਾਤ ਦੇ ਵਿੱਚ ਪ੍ਰਾਪਤੀਆਂ ਕੀਤੀਆਂ ਨੇ ਤੁਸੀਂ ਸਾਨੂੰ ਮੌਕਾ ਦੇਵੋ ਤੇ ਅਸੀਂ ਗੁਜਰਾਤ ਵਰਗਾ ਵਿਕਾਸ ਕਰਕੇ ਦਿਖਾਵਾਂਗੇ ਆ ਗੁਜਰਾਤ ਦਾ ਤੋਂ ਮੈਂ ਮੈਨੇ ਕਹਾਂ ਨਾ ਕਿ ਮਾਡਲ ਹੈ ਜੀ

मैं फिर अपनी बात पे लौटता हूँ कि वोट की राजनीति की तरफ आ रहे हैं आप एक हड़बड़ाहट में हैं कि कहीं ये उधर ना चाहिए ये भीड़ उधर ना चले जाए इस भीड़ को इधर लो लेकिन मैं फिर इस बात पे लौटता हूँ कि उसके लिए टोपियों की जरूरत नहीं है क्योंकि हमारा हम एक तरफ तो भारतीय सारे ही कहते हैं भारत की एकता जम्मू कश्मीर से कन्याकुमारी तक भारत एक है ये क्या है हम अलग अलग दिखा रहे हैं अभी बैंक ही कह रहे थे ਮਾਈਨੋਰਿਟੀਜ਼ ਤੋਂ ਹੋਰ ਵੀ ਹੈ ਜੀ ਤਾਂ ਆਪਕੋ ਤਾਂ ਪੂਰੇ ਦੇਸ਼ ਕੋ ਸਾਥ ਲੈ ਕੇ ਚੱਲਣਾ ਹੈ ਔਰ ਪਾਜਪਾ ਦੀ ਜਿਹੜੀ ਸਿਆਸਤ ਹੈ ਉਹਦੇ ਦੋ ਨੁਕਤੇ ਬਹੁਤ ਅਹਿਮ ਰਹੇ ਨੇ ਇਕਤਾ ਇਹ ਹੈ ਕਿ ਉਹ ਜੰਮੂ ਕਸ਼ਮੀਰ ਦੇ ਮਾਮਲੇ ਦੇ ਵਿੱਚ ਧਾਰਾ 370 ਦਾ ਰੋਕ ਕਰ ਦੇਣੀ ਦੂਜਾ ਹੋ ਪੂਰੇ ਹਿੰਦੁਸਤਾਨ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਦੇ ਨੇ ਜਦੋਂ ਇਸ ਕਿਸਮ ਦੀ ਸਿਆਸਤ ਕਰਦੇ ਨੇ ਤੇ ਇਹ ਉਹਨਾਂ ਦੀ ਜਿਹੜੀ ਬੁਨਿਆਦੀ ਸਮਝ ਹੈ ਉਹਦੇ ਨਾਲ ਕਿਤੇ ਟਕਰਾਹ ਹੈ ਇਹਦੇ ਵਿੱਚ ਦੋਨਾਂ ਗੱਲਾਂ ਦੇ ਵਿੱਚ ਨਹੀਂ ਟਕਰਾਹ ਨਹੀਂ ਮੈਂ ਤਾਂ ਇਹ ਸਮਝਦਾ ਹਾਂ ਕਿ ਇਸਨੇ ਥੋੜਾ ਸਾ ਬੇਧ ਨਜ਼ਰ ਆਤਾ ਹੈ कि दो पक्ष हैं इस इस तरफ हम ये इस्तेमाल कर रहे हैं दूसरी तरफ हम वो इस्तेमाल कर रहे है। जी। हैं जी पखंड नजर पखंड कह दीजिए दिखावा कह दीजिए वो है मतलब आपने किसी ना किसी तरह आप चाहते हैं कि वोट बैंक ये फसल हमारे हाथ में आ जाए जी कमलप्रीत जी एक गल य है कि भाजपा के बारे ज्यादा गल हो रही है क्योंकि भाजपा ने इस बहुत ही में रूप पेश किया पर बाकी पार्टियां ਜਿਵੇਂ ਬੈਂਸਾਹਬ ਨੇ ਇੱਕ ਇੱਕ ਮਿਸਾਲ ਪਹਿਲਾਂ ਤੁਸੀਂ ਦਿੱਤੀ ਸੀਗੀ ਸੋਨੀਆ ਗਾਂਧੀ ਵਾਲੀ ਕਿ ਸੋਨੀਆ ਗਾਂਧੀ ਨੇ ਵੀ ਇਹ ਕਿਹਾ ਕਿ ਵੀ ਇੱਕ ਜਿਹੜਾ ਮਸਜਿਦ ਨੂੰ ਤੁਸੀਂ ਉੱਥੇ ਜਲਦੀ ਤੋਂ ਜਲਦੀ ਉਹਦਾ ਨਿਪਟਾਰਾ ਕਰੋ ਤੇ ਉਹ ਉਹਦਾ ਉਸਾਰੀ ਕਰੋ ਤੇ ਉਸੇ ਤਰੀਕੇ ਨਾਲ ਰਾਹੁਲ ਗਾਂਧੀ ਵੀ ਜਾ ਕੇ ਹੁਣ ਗਰੀਬਾਂ ਦੀ ਉਹਨਾਂ ਨੂੰ ਯਾਦ ਆ ਰਹੀ ਹੈ ਇੱਕ ਤਰੀਕੇ ਨਾਲ ਦਰਸਾ ਰਹੇ ਨੇ ਕਿ ਕਿਸ ਕਿਸਮ ਦੀਆਂ ਅਖिलेश यादव ਵੀ ਇਹ ਗੱਲ ਕਰ ਰਹੇ ਹਨ ਕੁੱਲ ਮਿਲਾ ਕੇ ਕਿਤੇ ਇਹ ਨਹੀਂ ਲੱਗਦਾ ਕਿ ਵੀ ਜਿਹੜੀਆਂ ਸਿਆਸੀ ਪਾਰਟੀਆਂ ਦਾ ਸੰਕਟ ਹੈ ਕਿ ਉਹ ਇਮਾਨਦਾਰੀ ਨਾਲ ਇੱਕ ਉਹੀ ਮੁੱਦਿਆਂ ਤੇ ਖੜਨ ਤੇ ਉਸੇ ਤੇ ਸਿਆਸਤ ਕਰਨ ਇਹ ਉਹਨਾਂ ਤੋਂ ਨਹੀਂ ਹੋ ਪਾਰਿਆ ਕੀ ਕਾਰਨ ਬਣਦੇ ਨੇ ਇਹਦੇ ਹਾਂਜੀ ਇੱਕ ਤਾਂ ਇਹ ਹੈ ਕਿ ਜੋ ਸਰ ਕਹ ਰਹੇ ਸੀ ਕਿ ਜੋ ਗੁਜਰਾਤ ਦਾ ਮਾਡਲ ਆਫ ਡਿਵੈਲਪਮੈਂਟ ਹੈ ਤੁਸੀਂ ਕਿਹਾ ਸੀ ਕਿ ਕੌਨਫੀਡੈਂਸ ਕਿਉਂ ਨਹੀਂ ਆ ਰਿਹਾ ਅਗਰ ਤੁਸੀਂ ਥੋੜਾ ਪ੍ਰੈਸ ਅਗਲਾ ਅਲੱਗ ਅਲੱਗ ਪਬਲਿਕेशंस ਪੜੋ ਨਿਊਜ਼ਪੇਪਰਸ ਮੈਗਜ਼ੀਨਸ ਐਡੀਟੋਰੀਅਲਸ ਤੇ ਜਿਹੜੇ ਗੁਜਰਾਤ ਦੇ ਲੋਕ ਨੇ ਜੋ ਆਂਦੇ ਨੇ ਤੁਹਾਡੇ ਰਿਲੇਟਿਵਸ ਨੇ ਜਾਂ ਫੈਮਿਲੀ ਫਰੈਂਡਸ ਨੇ ਉਹਨਾਂ ਨਾਲ ਮੈਂ ਕਈਆਂ ਨਾਲ ਗੱਲ ਕੀਤੀ ਉਹ ਕਹਿੰਦੇ ਜਿਹੜੀ ਇਹ ਮਾਡਲ ਆਫ ਡਿਵੈਲਪਮੈਂਟ ਹੈ ਇਹ ਪਾਕਟ ਸਵਿਚ ਹੈ ਜੀ ਜਿਹੜੇ ਪਾਕਟਸ ਨੇ ਕਈ ਪਾਕਟਸ ਨੇ ਜੋ ਬਿਲਕੁਲ ਨੈਗਲੈਕਟਡ ਨੇ ਸੋ ਅਗਰ ਆਪਾ ਇਹ ਕਹਿ ਰਹੇ ਕਿ ਗੁਜਰਾਤ ਇੱਕ ਮਾਡਲ ਹੈ ਡਿਵੈਲਪਮੈਂਟ ਦਾ ਉਹ ਠੀਕ ਗੱਲ ਨਹੀਂ ਹੈ देयर आर ਪਾਕਟਸ ਜੋ ਵਿਚ ਆ ਲੈਗਿੰਗ ਬਿਹਾਈਂਡ ਐਂਡ ਟੈਰੇਬਲੀ ਲੈਗਿੰਗ ਬਿਹਾਈਂਡ ਪਰ ਜਿਵੇਂ ਮੋਦੀ ਸਾਹਿਬ ਦਾ ਜੋ ਫਾਲੋਅਰਸ ਨੇ ਟਵਿੱਟਰ ਦੇ ਉੱਪਰ ਜਾਂ ਇੰਟਰਨੈਟ ਦੇ ਉੱਪਰ ਦੇ ਆ ਵੈਰੀ ਸਟਰੋਂਗ ਉਹ ਇਹੋ ਜੀ ਚੀਜ਼ ਨੂੰ ਅੱਗੇ ਔਨ ਨਹੀਂ ਦਿੰਦੇ ਜੀ ਰਾਈਟ ਦੂਸਰਾ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਹੈ ਕਿ ਇਮਾਨਦਾਰੀ ਇਮਾਨਦਾਰੀ ਤਾਂ ਇਸ ਟਾਈਮ ਤੇ ਇੰਡੀਅਨ ਪੋਲੀਟੀਕਲ ਸਿਸਟਮ ਵਿੱਚ ਜਿਹੜੀ ਪੋਲੀਟੀਕਲ ਪਾਰਟੀਆਂ ਐ ਉਥੇ ਖਤਮ ਹੀ ਹੋ ਗਈ ਐ। ਜੀ। ਕਾਂਗਰਸ ਪਾਰਟੀ ਨੇ ਅਰਬਨ ਏਰੀਆਜ਼ ਨੂੰ ਛੱਡ ਹੀ ਦਿੱਤਾ ਕਿ ਦੇ ਆ ਕਾਈਂਡ ਆਫ ਡੀਫੀਟਡ ਕਿ ਅਸੀਂ ਅਰਬਨ ਏਰੀਆਜ਼ ਤੋਂ ਜਿੱਤ ਨਹੀਂ ਸਕਦੇ ਐ। ਜੀ। ਫੂਡ ਸਬਸਿਡੀ ਬਿੱਲ ਲੈ ਲੋ, ਲੈਂਡ ਐਕਵੀਜ਼ੀਸ਼ਨ ਬਿੱਲ ਲੈ ਲੋ। ਮਤਲਬ ਤੁਸੀਂ ਕੋਈ ਵੀ ਬਿੱਲ ਲੈ ਲੋ। 1 ਆਗਸਟ 17 ਨੂੰ ਵੈਂਡਰਸ ਲਈ ਬਿੱਲ ਪਾਸ ਕੀਤਾ ਗਿਆ ਹੈ। ਜੀ। ਇਹਨਾਂ ਨੇ ਹੁਣ ਸੋਚ ਲਿਆ ਕਿ ਅਗਰ ਅਸੀਂ ਜਿੱਤ ਸਕਦੇ ਹਾਂ ਤਾਂ ਰੂਲਰ ਸੈਕਟਰ ਪਿੰਡਾਂ ਤੋਂ ਜਿੱਤ ਸਕਦੇ ਆ ਅਰਬਨ ਏਰੀਆਜ਼ ਵਿੱਚ ਸਾਡੀ ਹੋਲ ਜਾ ਰਹੀ ਹੈ ਜੀ ਇਹ ਕਾਂਗਰਸ ਦਾ ਮੁੱਦਾ ਬਣ ਗਿਆ ਸੋ ਦੇ ਆ ਪੂਰਾ ਕਨਸੈਂਟਰੇਟ ਕਰ ਰਹੇ ਨੇ ਰੂਲਰ ਏਰੀਆਜ਼ ਦੇ ਉੱਪਰ ਸੋ ਉਹਨਾਂ ਨੂੰ ਲੱਗ ਰਿਹਾ ਕਾਂਗਰਸ ਹਮੇਸ਼ਾ ਇੱਕ ਅੰਬ੍ਰੇਲਾ ਆਰਗੇਨਾਈਜੇਸ਼ਨ ਰਹੀ ਹੈ ਜਿਦੇ ਵਿੱਚ ਮੁਸਲਮਾਂ ਵੀ ਸੀਗੇ ਸਿੱਖਸ ਵੀ ਸੀਗੇ ਹਿੰਦੂਸ ਵੀ ਸੀਗੇ ਉਹ ਇਹਦੀ ਕ੍ਰੈਡੀਬਿਲਟੀ ਹੈ ਪਰ ਕਿਉਂਕਿ ਜਦ ਤੋਂ ਬੀਐਸਪੀ ਆਈ ਹੈ ਬੀਜੇਪੀ ਥੋੜਾ ਸਟਰੋਂਗ ਹੋਈ ਹੈ ਉਹ ਸੈਕਸ਼ਨਸ ਇਸ ਪਾਰਟੀ ਤੋਂ ਅਲੱਗ ਹੋ ਗਏ ਇਹਦੇ ਕਰਕੇ ਉਹਦਾ ਜਿਹੜਾ VOTING ਪੈਟਰਨ ਸੀ ਲੋਕਾਂ ਦਾ ਜਾਂ ਉਹਦੀ ਜਿਹੜੀ ਵੋਟ ਹੈ ਉਹ ਡਿਵਾਈਡ ਹੋ ਗਈ ਹੈ। ਸੋ ਹੁਣ ਜਿਵੇਂ BJP ਨੇ ਟੋਪੀਆਂ ਵੰਡੀਆਂ ਫਿਰ ਸੋਨੀਆ ਗਾਂਧੀ ਨੂੰ ਕਹਿਣਾ ਪਿਆ ਕਿ ਸਾਡੀ ਤਰਫ ਤੋਂ ਵੀ ਮੁਸਲਮਾਂ ਲਈ ਅਸੀਂ ਕੁਝ ਕਰਾਂਗੇ 3000 ਕਰੋੜ ਦੀ ਪ੍ਰਾਪਰਟੀ ਹੈ ਮਹਿਰੋਲੀ ਵਿੱਚ ਅਸੀਂ ਉਹਨੂੰ ਜਲਦੀ ਸੋਲਵ ਕਰਾਂਗੇ। ਸੋ ਚਾਹੇ ਤੁਸੀਂ ਅਕਾਲੀ ਦਲ ਲੈ ਲਓ ਚਾਹੇ ਤੁਸੀਂ ਕਾਂਗਰਸ ਲੈ ਲਓ BJP ਲੈ ਲਓ BSP ਲੈ ਲਓ ਬੰਗਾਲ ਵਿੱਚ ਮਮਤਾ ਬੇਨਰਜੀ ਦਾ ਐਗਜ਼ਾਮਪਲ ਲੈ ਲਓ ਉਹਨਾਂ ਨੇ ਸ਼ੁਰੂ ਕੀਤਾ ਸੀ ਮਾਂ ਮਾਟੀ ਮਾਨੁਸ਼ ਦੇ ਨਾਰੇ ਦੇ ਨਾਲ ਪਰ ਤੁਸੀਂ ਅਗਰ ਪ੍ਰੈਸ ਵਿੱਚ ਪੜੋ ਜਾਂ ਉੱਥੇ ਦੇ ਲੋਕਾਂ ਦੀ ਇੰਟਰਵਿਊਸ ਪੜੋ ਉਹ ਜਿਹੜੇ ਲੋਕਾਂ ਦੇ ਪਿੰਡਾਂ ਵਿੱਚੋਂ ਨੈਨੋ ਪ੍ਰੋਜੈਕਟ ਚੱਲਾ ਗਿਆ ਸੀ ਉਹ ਹੁਣ ਕਹਿ ਰਹੇ ਨੇ ਕਿ ਸਾਨੂੰ ਇਹ ਪ੍ਰੋਜੈਕਟ ਲੈ ਕੇ ਆਓ ਇਹ ਸਾਡੇ ਲਈ ਫਾਇਦੇਮੰਦ ਹੋਣਾ ਸੀ ਉਹ ਕਹਿੰਦੇ ਨੇ ਕਿ ਮਮਤਾ ਬੇਨਰਜੀ ਸਭ ਸਾਨੂੰ ਬਿਲਕੁਕੁਲ ਹੀ ਭੁੱਲ ਗਏ ਨੇ ਇੱਕ ਵਾਰ ਸਾਡਾ ਯੂਜ਼ ਕਰ ਲਿਆ ਲਾਲਗੜ ਦੇ ਟਾਈਮ ਯਾ ਸਿੰਗੂਰ ਦੇ ਟਾਈਮ ਸਾਨੂੰ ਇਸਤੇਮਾਲ ਕਰ ਲਿਆ ਉਹਦੇ ਬਾਅਦ ਸਾਨੂੰ ਬਿਲਕੁਲ ਭੁੱਲਿਆ ਗਿਆ ਸੋ ਜਿਹੜਾ ਉਹਨਾਂ ਦਾ ਮਮਤਾ ਪਾਣੇ ਜੀ ਦੇਖ ਲਓ ਮਾਂ ਮਾਟੀ ਮਾਨੁਸ਼ ਉਹ ਸਿਰਫ ਉਸ ਟਾਈਮ ਯੂਜ਼ ਹੋਇਆ ਤੇ ਪਾਵਰ ਵਿੱਚ ਆ ਗਏ ਸਭ ਕੁਝ ਖਤਮ ਹੋ ਗਿਆ ਸੋ ਇਮਾਨਦਾਰੀ ਤਾਂ ਪੋਲਿਟੀਕਲ ਪਾਰਟੀਆਂ ਵਿੱਚ ਨਹੀਂ ਰਹੀ ਹੈ ਇੰਡੀਆ ਵਿੱਚ ਗਿਮਿਕਸ ਦੀ ਪੋਲਿਟਿਕਸ ਰਹਿ ਗਈ ਇਟ ਇਜ਼ ਸੁੰਦਰਪੰਸ ਜੀ ਜਦੋਂ 10 ਸਾਲ ਕੇਂਦਰ ਦੇ ਵਿੱਚ ਇੱਕ ਸਰਕਾਰ ਰਹੀ ਹੈ ਜਿਹਦੀਆਂ ਬਹੁਤ ਸਾਰੀਆਂ ਨਾਕਾਮਯਾਬੀਆਂ ਹੋਣਗੀਆਂ ਕਾਮਯਾਬੀਆਂ ਵੀ ਹੋਣਗੀਆਂ ਇਸ ਦੌਰਾਨ ਲਗਾਤਾਰ ਮਹਿੰਗਾਈ ਰਹੀ ਹੈ ਭ੍ਰਸ਼ਟਾਚਾਰ ਦੇ अनेका ਮਾਮਲੇ ਇਸ ਦੇ ਵਿੱਚ ਆਏ ਨੇ ਉਸ ਦੀ ਜੇ ਪਰਚੋਲ ਕੀਤੀ ਜਾਵੇ ਤੇ ਉਹਦੇ ਤੇ ਇੱਕ ਸੰਜੀਦਾ ਬਹਿਸ ਜਿਹੜੀ ਹੈਗੀ ਆ ਉਹ ਬੀਜੇਪੀ ਕਰ ਸਕਦੀ ਆ ਕਿਤੇ ਇਹ ਸੰਜੀਦਾ ਬਹਿਸ ਤੋਂ ਬਚਣ ਦਾ ਕੋਹ ਤਾਂ ਨਹੀਂ ਹੈ ਦੇਖੋ ਇਸ਼ੂਜ਼ ਦੇ ਉੱਤੇ ਤਾਂ ਕੋਈ ਵੀ ਜਿਹੜੀ ਪਾਰਟੀ ਹੋ ਇਸ ਵਕਤ ਨਹੀਂ ਇਲੈਕਸ਼ਨ ਲੜ ਰਹੀ ਹਮੇਸ਼ਾ ਤੁਸੀਂ ਦੇਖੋ 5 ਸਾਲ ਸਕੈਮ ਆ ਗਏ ਕਾਂਗਰਸ ਸਕੈਮ ਆਇਆ ਉਹਨਾਂ ਦੇ ਉੱਤੇ ਚਰਚਾ ਚੱਲਦੀ ਰਹੀ ਫੌਰ ਪਰ ਟੀਵੀ ਚੈਨਲ ਚੱਲਦੇ ਰਹੇ ਬੀਜੇਪੀ ਵੀ ਬੋਲਦੀ ਰਹੀ ਪਰ ਜਿਉਂ-ਜਿਉਂ ਇਲੈਕਸ਼ਨ ਨੇੜੇ ਆ ਰਹੀ ਹੈ ਤੁਸੀਂ ਦੇਖੋ ਪੋਲਿਟੀਕਲ ਪਾਰਟੀਆਂ ਦਾ ਜਿਹਨੇ ਜਿਹਨੇ ਸੰਸਦ ਦੇ اجلاس ਸੀਗੇ ਉਹ ਸਾਰਿਆਂ ਦੇ ਵਿੱਚ ਉਹਨਾਂ ਨੇ ਕੋਈ ਨਾ ਕੋਈ ਮੁੱਦਾ ਬਣਾਇਆ ਕਦੇ ਉਹਨਾਂ ਨੇ 2G ਸਪੈਕਟ੍ਰਮ ਦੀ ਗੱਲ ਕੀਤੀ ਕਦੇ ਕੋਰਸਟ ਕੱਢਣ ਦੀ ਗੱਲ ਕੀਤੀ ਸਾਰੇ ਇਸ਼ੂ ਦੇ ਹੋਏ ਪਰ ਜਿਉਂ-ਜਿਉਂ ਇਲੈਕਸ਼ਨ ਨੇੜੇ ਆਏਗੀ ਹੁਣ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਵੋਟ ਹੈ ਮੁੱਦਿਆਂ ਤੇ ਮਿਲ ਨਹੀਂ ਨਹੀਂ ਜੀ ਤੋ ਉਹ ਕਿਉਂਕਿ ਸਾਡੇ ਜਿਹੜੀ ਸੋਸਾਇਟੀ ਹੈ ਉਹ ਇੰਨੀ ਜ਼ਿਆਦਾ ਕਮਿਊਨਲੀ ਡਿਵਾਈਡ ਹੋਈ ਹੋਈ ਹੈ ਕਾਸਟ ਦੇ ਵਿੱਚ ਕਲਚਰ ਦੇ ਵਿੱਚ ਸੋ ਉਹਨੂੰ ਐਕਸਪੈਡ ਕਰਨ ਦੇ ਵਿੱਚ ਸਾਰੇ ਲੱਗੇ ਹੋਇਆ ਤੁਸੀਂ ਦੇਖੋ ਕੋਈ ਬਾਜੀਗਰ ਸੈੱਲ ਦਾ ਪ੍ਰਧਾਨ ਨੂੰ ਮੂਰੇ ਕਰਕੇ ਲਿਆ ਰਿਹਾ ਹੈ ਕੋਈ ਮੈਨੋਰਿਟੀ ਕਮਿਊਨਿਟੀ ਨੂੰ ਅਪੀਜ਼ ਕਰ ਰਿਹਾ ਹੈ ਠੀਕ ਹੈ ਨਾ ਕੋਈ ਜਿਵੇਂ ਟੋਪੀਆਂ ਪਹਿਨ ਆ ਰਹੇ ਆ ਸੋ ਇਹ ਮਤਲਬ ਵਾਕਈ ਸਾਨੂੰ ਟੋਪੀ ਪਹਿਨ ਆ ਰਹੇ ਆ ਸਾਰੇ ਪੋਲੀਟੀਸ਼ਨ ਮੁੱਦਿਆਂ ਦੇ ਉੱਤੇ ਅਸੀਂ ਨਹੀਂ ਆਉਂਦੇ। ਬਾਕੀ ਇਹ ਡਵੈਲਪਮੈਂਟ ਦੇ ਮਾਡਲ ਦੀ ਇਹਨਾਂ ਨੇ ਗੱਲ ਕੀਤੀ ਸੀ ਗੁਜਰਾਤ ਦਾ ਡਵੈਲਪਮੈਂਟ ਦਾ ਮਾਡਲ। ਮੈਂ ਸਮਝਦਾ ਵੀ ਕਿਸੇ ਪੋਲੀਟਿਕਲ ਪਾਰਟੀ ਕੋਲ ਡਵੈਲਪਮੈਂਟ ਦਾ ਮਾਡਲ ਹੈ ਹੀ ਨਹੀਂ। ਆਪਣੇ ਤਾਂ ਪੰਜਾਬ 'ਚ ਬਾਦਲ ਸਾਹਿਬ ਕਹਿੰ ਜਾਂਦੇ ਆ ਵੀ ਪੰਜਾਬ ਦਾ ਮਾਡਲ ਡਵੈਲਪਮੈਂਟ ਦਾ ਡਾ ਬੜਾ ਵਧੀਆ ਸਾਰਾ ਦੇਸ਼ ਫੋਲੋ ਕਰੂਗਾ। ਦੱਸੋ ਕਿਹੜਾ ਮਾਡਲ ਹੈ ਉਹਰੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਗੁਜਰਾਤ ਦੇ ਵਿੱਚ ਵੀ ਜਿਵੇਂ ਕਿਹਾ ਪੌਕੇਟਸ ਦੇ ਵਿੱਚ ਉੱਥੇ ਅਰਬਨ ਏਰੀਆਜ਼ ਦੇ ਵਿੱਚ ਹੈਗਾ ਡਵੈਲਪਮੈਂਟ ਹੈਗੇ ਪਿੰਡਾਂ ਵਿੱਚ ਉੱਥੇ ਵੀ ਕੋਈ ਬਹੁਤ ਜ਼ਿਆਦਾ ਡਵੈਲਪਮੈਂਟ ਜੀ ਰਦਰ ਮੈਂ ਸਮਝਦਾ ਕਿ ਉਹ ਜਿਹੜੀ ਸਾਡੇ ਪੰਜਾਬ ਦੇ ਵਿੱਚ ਵੀ ਡਵੈਲਪਮੈਂਟ ਹੋਈ ਹੈ ਜਿਹੜੀਆਂ ਕਹਿੰਦੇ ਆ ਕਿ ਡਵੈਲਪਮੈਂਟ ਹੋਈ ਆ ਤੁਸੀਂ ਜਾ ਕੇ ਦੇਖੋ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਹੂੰ ਅੱਗੇ ਨਾਲੋਂ ਜ਼ਿਆਦਾ ਵਰਸਟ ਹੈਲਥ ਹੈ ਜਿਹੜੀ ਹੋਈ ਹੈ ਜਿਹੜਾ ਇੱਕ ਲਗਾਤਾਰ ਅਧਿਐਨ ਕੀਤਾ ਜਾਂਦਾ ਹੈ ਕਿ 1990 ਤੋਂ ਬਾਅਦ ਜਿਸ ਕਿਸਮ ਦਾ ਵਿਕਾਸ ਹੋਇਆ ਉਹਦੇ ਵਿੱਚ ਸਾਡੇ ਮੁਲਕ ਦੇ ਵਿੱਚ ਜਿਹੜੇ ਕਰੋੜਾਪਤੀ ਅਰਬਾਪਤੀਆਂ ਦੀ ਵੀ ਗਿਣਤੀ ਵਧੀ ਹੈ ਪਰ ਨਾਲ ਦੀ ਨਾਲ ਗਰੀਬਾਂ ਦੀ ਗਿਣਤੀ ਦੇਖੋ ਨਾ ਹਰ ਵਾਰੀ ਜਦੋਂ ਇਹ ਕਰਦੇ ਆ ਬੀਪੀਐਲ ਦੀ ਬਿਲੋ ਪੋਵਰਟੀ ਲਾਈਨ ਜਿਹੜੇ ਲੋਕ ਆ ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ ਪਰਸੈਂਟੇਜ ਵੱਧ ਜਾਂਦੀ ਹੈ ਠੀਕ ਹੈ ਨਾ ਹੁਣ ਤੁਸੀਂ ਇਹ ਲਾ ਲਓ ਵੀ ਜਿਹੜਾ ਫੂਡ ਸਕਿਉਰਟੀ ਵਿਲ ਵੀ ਹੈ ਉਹਦੇ 67% ਜਿਹੜੇ ਆ ਉਹ ਜਿਹੜੇ ਲੋਕ ਆ ਉਹ ਇਸ ਵਕਤ ਤੁਸੀਂ ਖਾਣੇ ਤੋਂ ਬਿਨਾਂ ਸੌਂਦੇ ਨੇ ਜੀ ਇਹ ਤਾਂ ਤੁਸੀਂ ਸਰਕਾਰੀ ਅੰ ਹੁੰਦੇ ਆ। ਸੋ ਇਸੇ ਤਰੀਕੇ ਨਾਲ ਜਿਹੜੇ BPL ਆ ਪੰਜਾਬ ਦੇ ਵਿੱਚ ਹੁਣ ਜੇ ਮੰਨ ਲਓ ਤੁਸੀਂ 1.5 ਲੱਖ ਐ 2 ਲੱਖ ਬੰਦੇ ਨੂੰ ਦੇ ਰਹੇ ਹੋ ਠੀਕ ਹੈ ਹੁਣ ਅਗਲਾ ਸਰਵੇ ਕਰਾ ਲਓ ਉਹ ਬੰਦਾ 5 5-6 ਲੱਖ ਹੋ ਜਾਊਗਾ ਆਲਰੇਡੀ ਹੈਗੇ ਆ। ਮਤਲਬ ਉਹਨਾਂ ਨੂੰ ਅਸੀਂ ਕਵਰ ਨਹੀਂ ਕੀਤਾ ਕਿਉਂਕਿ ਸਾਡਾ ਖਰਚਾ ਵੱਧ ਜਾਂਦਾ ਇਸ ਕਰਕੇ ਅਸੀਂ ਕਵਰ ਹੀ ਨਹੀਂ ਕਰਦੇ। ਨਹੀਂ ਜਸਟਰ ਬੈਂਸ ਦੀ ਗੱਲ ਬਿਲਕੁਲ ਠੀਕ ਹੈ। ਡਿਵੈਲਪਮੈਂਟ ਪੰਜਾਬ ਵਿੱਚ ਵੀ ਹੈ ਨਹੀਂ ਕਿਤੇ ਵੀ ਨਹੀਂ। ਤਾਂ ਜਿਹੜੇ ਸਾਡੇ ਬੱਚੇ ਨੇ ਉਹ ਅਬਰੌਡ ਜਾਂਦੇ ਨੇ ਹੁਣ ਇੱਕ ਪਿੰਡ ਵਿੱਚ ਜਿੱਥੇ ਲਾਈਟ ਨਹੀਂ ਆਉਂਦੀ ਐ ਤੁਹਾਡੇ ਘਰ ਦੇ ਬਾਹਰ ਗੰਦੀ ਨਾਲੀ ਦਾ ਪਾਣੀ ਹੈ। ਮ ਮੱਛਰ ਹੈ ਮਿੱਟੀ ਹੈ ਉਹ ਬੱਚਾ ਜਦ ਅਬਰੋਡ ਜਾਂਦਾ ਉਹਨੂੰ ਜਾਂਦੇ ਸਾਰ 24 ਆਰਸ ਇਲੈਕਟ੍ਰਿਟੀ ਮਿਲ ਜਾਂਦੀ ਕੈਨੇਡਾ ਅਮਰੀਕਾ ਸਟਰਗਲ ਤਾਂ ਜ਼ਰੂਰ ਹੈ ਪਰ 24 ਘੰਟੇ ਲਾਈਟ ਮਿਲ ਜਾਂਦੀ ਹੈ ਗਰਮ ਪਾਣੀ ਠੰਡਾ ਪਾਣੀ ਏਸੀ ਉੱਥੇ ਇਲੈਕਟ੍ਰਿਸਿਟੀ ਸਾਰਾ ਏਸੀ ਤੁਹਾਡਾ ਰੂਮ ਹੋ ਜਾਂਦਾ ਹੈ ਕਮਰਾ ਹੋ ਜਾਂਦਾ ਹੈ ਉਹ ਕਹਿੰਦੇ ਮਿਹਨਤ ਅਸੀਂ ਕਰ ਲਾਂਗੇ ਪਰ ਸਾਨੂੰ ਨਾਲ ਦੀ ਨਾਲ ਕੰਫਰਟਸ ਵੀ ਤਾਂ ਮਿਲਦੇ ਆ। ਜੀ। ਅਮੀ ਹਿਊਮਨ ਹਿਊਮਨ ਰਿਸੋਰਸ ਡਿਵੈਲਪਮੈਂਟ ਜਿਹੜਾ ਉਹ ਨਹੀਂ ਹੋਇਆ ਸਕੂਲ ਸਾਡੇ ਪਿੰਨਾਂ 'ਚ ਬੰਦ ਨੇ ਹੈਨਾ ਸਾਡੇ ਐਜੂਕੇਸ਼ਨ ਇੰਸਟੀਟਿਊਟਸ ਦਾ ਬੁਰਾ ਹਾਲ ਹੈ ਵੀ ਇਹ بڑے ਬੱਚੇ ਆਪਣੇ ਸਿੱਧੇ ਨਾਂ ਨਹੀਂ ਲਿਖ ਸਕਦੇ ਪੰਜਾਬੀ ਦੇ ਵਿੱਚ ਕੀ ਆਪਾਂ ਕਰ ਰਹੇ ਆ ਇੱਕ ਆਖਰੀ ਸਵਾਲ ਮੈਂ ਇਹ ਪੁੱਛਣਾ ਚਾਹਣਾ ਕਮਲਪ੍ਰੀਤ ਅ ਕਿ ਅਸੀਂ ਜਿਹੜੀ ਚੋਣ ਆਉਣ ਵਾਲੀ ਹੈ ਉਹਦਾ ਟ੍ਰੇਲਰ ਦੇਖ ਰਹੇ ਆ ਇਹ ਜਨ ਪ੍ਰਚਾਰ ਇਸੇ ਤਰੀਕੇ ਨਾਲ ਚਲੇਗਾ ਤੇ ਮਤਲਬ ਇਟਸ ਗੋਇੰਗ ਟੂ ਬੀ ਸੋ ਮਡੀ ਯੈਸ ਆਈ ਥਿੰਕ ਇਟ ਇਜ਼ ਗੋਇੰਗ ਟੂ ਬੀ ਮਡੀ ਟੈਲ ਵੀ ਪੀਪਲ ਮੈਂ ਪਹਿਲੇ ਦਿਨ ਤੋਂ ਇਹ ਕਹਿ ਰਹੀ ਐ ਕਿ ਟੈਲ ਵੀ ਪੀਪਲ ਡੂ ਨਾਟ ਬਿਕਮ ਅਵੇਅਰ ਜਦ ਤੱਕ ਆਪਾਂ ਅਵੇਅਰ ਨਹੀਂ ਹੁੰਨੇ ਜਦ ਤੱਕ ਅਸੀਂ ਕਹਿਨੇ ਕਿ ਇਸ਼ੂਸ ਤਾਂ ਬਹੁਤ ਹੈ ਆਪਣੇ ਯਾ ਵੋਟਰ ਜਦ ਇਸ਼ੂਸ ਤੁਸੀਂ ਹਿਸਟੋਰੀਕਲ ਮੋਨੂਮੈਂਟਸ ਟੂਰਿਜ਼ਮ ਸੈਕਟਰ ਸਾਡਾ ਇੰਨਾ ਸਟਰੋਂਗ ਹੋ ਸਕਦਾ ਹੈ ਟੂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੂੰ ਪੁੱਛੋ ਕਿ ਕਿੱਥੇ ਜਾਂਦਾ ਹੈ ਪੈਸਾ ਸਾਡੇ ਕੋਲ ਇੰਨੀ ਪੁਰਾਣੀ ਇਮਾਰਤਾਂ ਨੇ ਜੋ ਬਿਲਕੁਲ ਖਤਮ ਹੋ ਰਹੀਆਂ ਡਿਵੈਲਪਮੈਂਟ ਹੈ এনवायरमेंट ਹੈ ਊਮਨ ਦਾ ਕੌਜ਼ ਹੈ ਇਸ਼ੂਸ ਤਾਂ ਬਹੁਤ ਜ਼ਿਆਦਾ ਹੈ ਪਰ ਉਹ ਆਪਾਂ ਨੂੰ ਵੋਟਰਸ ਨੂੰ ਸਿਟੀਜ਼ਨਸ ਨੂੰ ਦੱਸਣਾ ਨਾਗਰਿਕਾਂ ਨੂੰ ਦੱਸਣਾ ਪਏਗਾ ਪੋਲਿਟੀਕਲ ਪਾਰਟੀਆਂ ਨੂੰ ਕਿ ਇਹ ਜਿਹੜੀ ਮੱਡੀ ਗੇਮ ਤੁਸੀਂ ਜਿਵੇਂ ਕਿਹਾ ਹੈ ਚੱਲ ਰਹੀ ਹੈ ਇਹ ਅਸੀਂ ਨਹੀਂ ਚੱਲਣ ਦੇਣੀ ਪਰ ਉਹਦੇ ਲਈ ਜਿਹੜਾ ਜਿਹੜਾ ਜੋ ਸਪੀਡ ਹੈ ਉਹ ਉਹ ਨਹੀਂ ਮੰਨਦੀ ਇਹ ਥੋੜੀ ਜੀ ਆਵਾਜ਼ਾਂ ਨੇ ਜੋ ਕਿ ਲੱਗਦਾ ਕਿ ਜਿਹੜੇ ਸਾਡੇ ਚਰਕਾਲੀ ਮਸਲੇ ਨੇ ਜਿਹੜੇ ਲੰਬੀ ਦੇਰ ਦੇ ਵਿੱਚ ਹੱਲ ਹੋਣੇ ਨੇ ਉਹ ਸਿਆਸੀ ਪਾਰਟੀਆਂ ਨੂੰ ਕਿਤੇ ਲੱਗਦਾ ਕਿ ਉਹ ਚੋਣ ਮੁੱਦੇ ਨਹੀਂ ਹੈਗੇ ਤੇ ਉਹਨਾਂ ਨੇ ਹੋਰ ਕਿਸਮ ਦੇ ਮੁੱਦਿਆਂ ਤੇ ਲੜਨੀ ਆ ਪਰ ਜਿਹੜੇ ਚਰਕਾਲੀ ਮੁੱਦੇ ਨੇ ਉਹ ਇਸ ਬਹਿਸ ਦਾ ਹਿੱਸਾ ਹੋਣੇ ਚਾਹੀਦੇ ਨੇ ਹਾਂਜੀ ਦਿਸ ਇਜ਼ ਵਾਟ ਤੁਸੀਂ ਸਾਰੇ ਅੱਜ ਦੀ ਚਰਚਾ ਸ਼ਾਮਿਲ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਸਿਆਸੀ ਪਾਰਟੀਆਂ ਕੋਲ ਆਵਾਮ ਦੇ ਬੁਨਿਆਦੀ ਮਸਲਿਆਂ ਬਾਰੇ ਠੋਸ ਸਮਝ ਹੋਵੇ ਤਾਂ ਉਹ ਆਪਣਾ ਚੋਣ ਮਨੋਰਥ ਪੱਤਰ ਉਸੇ ਲਿਹਾਜ਼ ਨਾਲ ਤਿਆਰ ਕਰਨਗੇ ਵਿਰੋਧੀ ਧਿਰਾਂ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਦੀ ਪਰਚੋਲ ਕਰਨਗੀਆਂ ਅਤੇ ਹੁਕਮਰਾਨ ਧਿਰਾਂ ਆਪਣੀਆਂ ਪ੍ਰਾਪਤੀਆਂ ਪੇਸ਼ ਕਰਨਗੀਆਂ ਇਸ ਤਰ੍ਹਾਂ ਕੋਈ ਸੰਜੀਦਾ ਬਹਿਸ ਹੋ ਸਕੇਗੀ ਪਰ ਸਿਆਸੀ ਪਾਰਟੀਆਂ ਤਾਂ ਬਹਿਸ ਤੋਂ ਟਾਲਾ-ਬਟ ਰਹੀਆਂ ਨੇ ਇਸੇ ਲਈ ਕੋਈ ਕਲੰਦਰੀ ਟੋਪੀਆਂ ਪਵਾ ਰਿਹਾ ਏ ਕੋਈ ਪਾ ਰਿਹਾ ਏ ਅਤੇ ਕੋਈ ਗਰੀਬਾਂ ਨਾਲ ਨੇੜਤਾ ਦਰਸਾ ਰਿਹਾ ਏ ਇਕਰੂਪਤਾ ਅਤੇ ਵਨਸੁਵੰਨਤਾ ਦੀ ਵਕਾਲਤ ਕਰਨ ਵਾਲੀਆਂ ਵੱਖ-ਵੱਖ ਪਾਰਟੀਆਂ ਬਹੁ ਰੂਪੀਏ ਬਣ ਕੇ ਵੋਟਾਂ ਮੰਗਣ ਆ ਰਹੀਆਂ ਨੇ ਤੁਸੀਂ ਆਪੇ ਪਛਾਣ ਲੈਣਾ ਨਮਸਕਾਰ ਸਤਿ ਸ੍ਰੀ ਅਕਾਲ